ਕੱਲ ਨਾ ਕੱਲ ਘਰ 'ਚ ਮਾਸੀ ਆਈ ਹੋਈ ਸੀ, ਉਹ ਨਾ ਪੁਰਾਣੀਆਂ ਗੱਲਾਂ ਸਾਰੀਆਂ ਚੇਤੇ ਕਰ ਰਹੀ ਸੀ ਬੈਠੀ, ਅਤੇ ਵਿੱਚ ਵਿੱਚ ਰੁਆ ਵੀ ਦਿੱਤਾ ਵੀ ਇੱਦਾਂ ਇੱਦਾਂ ਕਰਦੇ ਤੇਰੇ ਮੰਮੀ ਡੈਡੀ ਹੁਣੀ ਆਏ ਤਾਂ ਇੱਥੇ ਆਏ ਤਾਂ ਵੀ ਕਿੰਨੇ ਚਾਅ ਨਾਲ ਉਹਨੇ ਘਰ ਬਣਾਇਆ ਤੁਹਾਡਾ ਸਾਰਾ, ਅਤੇ ਅੱਜ ਵਾਲੀ ਵੀਡੀਓ 'ਚ ਪਾਊਂਗਾ ਜਿਹੜਾ ਅੱਜ ਵਾਲਾ ਬਲੌਗ ਆਊ। ਮਾਸੀ ਜੀ ਫਿਰ ਆਏ ਸੀ, ਮਾਸੀ ਜੀ ਫਿਰ ਉਹਨਾਂ ਨੇ ਰੱਖੜੀਆਂ ਬੰਨ੍ਹ ਕੇ ਗਏ ਨੇ ਇੱਥੇ, ਤਾਂ ਇਹ ਖੇਤਾਂ 'ਚੋਂ ਇੱਥੋਂ ਅਸੀਂ ਭਾਈ ਨਾ ਇੱਥੇ ਸਾਡੇ ਚਰੀ ਬੀਜੀ ਹੁੰਦੀ ਤੇ ਇੱਥੋਂ ਤੋਂ ਅਸੀਂ ਸਿਰ ਪਰ ਲੱਦਣੇ ਤੁਰ ਕੇ ਜਾਂਦੇ ਹੁੰਦੇ ਤੇ ਇੱਥੇ, ਅਤੇ ਜਦੋਂ ਇੱਥੇ ਪੂਰਾ 1 ਕਿਲੋਮੀਟਰ ਕਰਾ ਕੇ ਫਿਰ ਦੋ ਦੋ ਗੇੜੇ ਵੀ ਲਾਉਂਦੇ ਹੁੰਦੇ ਤੇ ਅਸੀਂ, ਇੰਨਾ ਇੱਥੇ ਤਾਂ ਸੰਘਰਸ਼ ਕੀਤਾ। ਹੌਲੀ 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 ਫਿਰ ਇੱਕ ਵਾਰੀ ਇੱਕ ਨੌਕਰ ਵੀ ਰੱਖ ਲਿਆ ਡੈਡੀ ਨੇ, ਉਹ ਵੀ ਉਹਨੂੰ ਸਾਈਕਲ 'ਤੇ ਬੜਾ ਚਾਅ ਹੁੰਦਾ ਸੀ, ਛੋਟੂ ਛੋਟੂ ਕਹਿੰਦੇ ਹੁੰਦੇ ਸੀ, ਉਹ ਸਾਈਕਲ ਲੈ ਕੇ ਲੰਘ ਮੁੜ ਕੇ ਆਇਆ ਹੀ ਨਹੀਂ ਹੈਗਾ, ਪਤਾ ਨਹੀਂ ਪਤਾ ਮਰ ਮੁਰੇ ਗਿਆ, ਪਤਾ ਨਹੀਂ ਸਾਈਕਲ ਦੇ ਚਾਅ 'ਚ ਸਾਈਕਲ ਮੁੜ ਕੇ ਨਹੀਂ ਆਇਆ ਹੈਗਾ, ਅਤੇ ਫਿਰ ਆਪੇ ਫਿਰ ਇੱਕ ਸਾਈਕਲ ਹੋਰ ਲਿੱਤਾ, ਉਹਦੇ ਪਰ ਸਾਈਕਲ ਪਰ ਕੱਖ ਢੋਂਦੇ ਹੁੰਦੇ, ਫਿਰ ਰੇੜੇ ਪਰ ਵੀ ਲੰਘ ਗਏ, ਫਿਰ ਟਰੈਕਟਰ ਪਰ ਗੇੜੇ ਲਾਏ, ਮੈਨੂੰ ਇੱਧਰ ਸਾਡੇ ਅੱਗੇ ਇੱਧਰ ਖੇਤ ਹੁੰਦੇ ਸੀ, ਨਿੰਮੇ ਨੇ ਇੱਧਰ ਕੱਖ ਲਿਆਉਂਦੇ ਹੁੰਦੇ, ਉਹਦੇ ਨਾਲ ਫਿਰ ਇੱਥੇ ਅਸੀਂ ਦੋ ਪੰਜ ਉਦੋਂ ਰੇੜੇ ਪਰ ਲੱਦ ਦੇਣੀ ਆ, ਘਰਾਂ ਜਾ ਕੇ ਲਾਹ ਲੈਣੀ ਆ, ਬੜਾ ਬਈ ਕੰਮ ਕਰਿਆ ਇੱਥੇ। ਚਲੋ ਦਿਨ ਬਦਲੇ, ਕੈਮਰਾ ਸਾਫ਼ ਹੈ, ਸਾਫ਼ ਕਰ ਲਵਾਂ ਕੈਮਰਾ। ਰਾਤ ਤਾਂ ਨਾ ਮੱਛਰ ਲੜੀ ਗਿਆ ਸਾਰੀ ਰਾਤ, ਨੀਂਦ ਨਹੀਂ ਆਈ ਹੈਗੀ, ਜਦੋਂ ਪਏ ਹਾਂ ਪਤਾ ਪੈਂਦੇ ਨੂੰ 8-9 ਵੱਜ ਸਾਢੇ 9-10 ਵੱਜ ਗਏ, ਉਸ ਤੋਂ ਬਾਅਦ ਕਦੇ ਕਿਤੇ ਮੱਛਰਦੰਦੀ ਪੜ੍ਹਦੇ ਕਰੇ, ਕਦੇ ਕਿਤੇ ਮੱਛਰਦੰਦੀ ਪੜ੍ਹਦੇ ਕਰੇ, ਬਹੁਤ ਤੰਗ ਰਹੇ ਰਾਤ, ਇਹਦਾ ਪੈ ਗਿਆ ਰਾਤ ਪ੍ਰਿਤਪਾਲ ਤਾਂ ਮੱਛਰਦਾਨੀ ਲਾ ਕੇ ਪੁੱਛਦੇ ਇਹਨੂੰ ਮੈਨੂੰ, ਮੱਛਰ ਅੱਜ ਲਿਆਉਣੀ ਮੈਂ ਮੱਛਰਦਾਨੀ ਲੈ ਇੱਥੇ, ਹੁਣ ਤਾਂ ਹੁਣੀ 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 ਮੱਛਰ ਲੱਗਦੇ ਪ੍ਰਿਤਪਾਲ ਦੇ ਵੀ ਲੜਿਆ, ਦੇਖ ਮੇਰੇ ਵੀ ਲੜਿਆ, ਪੈਰਾਂ ਜੇ ਪਰ ਲੜਦਾ ਬਹੁਤ ਇਹ, ਤੱਫੜ ਪਾ ਦਿੰਦੇ ਇੱਥੇ ਇੱਥੇ ਮੇਰੇ ਵੀ ਹੱਲੜਿਆ, ਦੇਖ ਰੁਪਈਏ ਦੋ ਤਿੰਨ ਲੜ ਗਏ, ਰੁਪਈਏ ਜਿੱਡੀ ਇਕੱਠ ਬਣਾ ਦਿੱਤੀ ਉਹਨੇ, ਹੈਂ ਫਿਰ ਤਾਂ ਨਹੀਂ ਰਾਤ ਲੜਿਆ ਮੱਛਰ, ਹੈਂ ਇਹ ਵੀ ਯਾਦ ਰੱਖੀ ਫਿਰ ਤੋਂ ਲਿਆ ਰੋਡੋ ਮੋਜੀ ਲੈ ਕੇ ਆਈ ਯਾਰ, ਆਉਂਦੇ ਤੁਹਾਨੂੰ ਆਉਂਦੇ ਫਿਰ ਲਾ ਕੇ ਲਾ ਕੇ ਲਾ ਕੇ ਆਇਆ ਕਰੀ ਯਾਰ, ਮੱਛਰੇ ਬਹੁਤ ਆ ਯਾਰ, ਸਬਜ਼ੀ ਬਣਾ ਵੀ ਦਊਗਾ ਰੋਜ਼ੇ ਲੱਗਿਆ ਰਹਿੰਦਾ, ਇਹ ਤਾਂ ਬਹੁਤ ਬੜੀ ਲੁਕੋਈ ਹੋਈ ਦੇਖਤਾ ਲੈ ਕਾਫੀ ਵੱਡੀ ਤੋੜੇ ਲੈ ਰੱਖੀ ਹੋਈ ਅਗਲੇ ਨੂੰ ਆਏ ਵੀ ਕੱਖ ਠੀਕ ਹੈ।
ਇਹਦਾ ਕੀ ਇਹਦੇ ਕੋਫਤੇ ਬਣਾਉਣੇ ਆ, ਇਹਨੂੰ ਕੋਫਤੇ ਬਣਾ ਸਬਜ਼ੀ ਨਾ ਬਣਾ ਅੱਜ, ਨਾਲੇ ਚਾਹ ਨਾਲ ਪਕੌੜੇ ਖਾਂਦੇ ਆ ਤੇ ਨਾਲੇ ਬਣਾਉਂਦੇ ਆ। ਭੁੱਖ ਲੱਗ ਗਈ ਇੱਕ ਬਾਈ ਬੰਤ ਨੇ, ਐਡਾ ਤਾਂ ਅੱਜ ਸੰਗਰਾਂਦ ਅੱਜ ਐਡਾ ਮੁੱਠ ਭਰ ਕੇ ਉਹਨੂੰ ਉਹਦਾ ਦੇਖਦਾ, ਕਿਆ ਕਹਿੰਦੇ ਦੇਖਦਾ ਤੇ ਦੇਖ ਵਧੀਆ ਨਹੀਂ ਉਹ ਨੀ ਉਹਦੇ ਨਾਲ ਦੇਖ ਤਾਂ ਵਧੀਆ ਸੀ, ਜਿਹੜੀ ਨਾਲ ਚਾਰ ਚਾਰ ਪੀਸ ਬਰਫੀ ਦੇ ਦੇਤੇ ਸਾਡੇ ਹਰਪ੍ਰੀਤ ਨੇ ਭਾਈ ਕਿਆ ਕਹਿੰਦੇ ਆ ਗੱਡੀ ਲੱਤੀ ਆ, ਕਿਹੜੀ ਲੱਤੀ, ਬਲੈਨੋ ਬਲੈਨੋ ਲੱਤੀ, ਕਸ਼ਮੀਰ ਦੇ ਮੁੰਡੇ ਨੇ ਲੱਤੀ ਗੱਡੀ, ਨਹੀਂ ਉਹ ਸੁੱਕੇ ਆ ਹਾਂ, ਅਸੀਂ ਤਾਂ ਕਹਿੰਦੇ ਚਲੋ ਹੋਰ ਭਾਈ ਤਰੱਕੀਆਂ ਕਰੇ। ਆ ਦੋ ਹੋ ਗਿਆ ਭਾਈ, ਕੱਲ ਨੂੰ ਥੋੜੀ ਥੋੜੀ ਦੋ ਟੁੱਟ ਜਾਣੀਆਂ ਤੇਰੀਆਂ, ਭਿੰਡੀਆਂ ਐ ਕਰ ਜਿੱਦਾਂ ਇਹ ਦੋ ਪੀਸ ਤੋੜ ਦੇ ਪਕੜ ਜੇ ਹੋ ਜਾਣੇ, ਇਹ ਕਰੇਲੇ ਚ ਲੱਗੀ ਹੋਈ ਇੱਥੇ ਆ, ਸੁੱਕ ਗਈ ਇਹ, ਦੇਖ ਕੌੜੀ ਮਿੱਠੀ ਦੇਖ ਲਵਾਂ ਮੱਥਾ ਟੇਕ ਕੇ ਖਾਵਾਂ। ਮੈਂ ਦਿਲ ਪਤਾ ਇੱਥੇ ਕਿੰਨੇ ਕੱਖ ਢੋਏ ਆਪਾਂ ਨੇ ਇੱਥੇ, ਗੋਡੇ ਗੋਡੇ ਪਾਣੀ ਹੋਣਾ ਇੱਥੇ ਨੂੰ, ਉਹ ਸਿੱਧਾ ਘਰ ਨਿਕਲਣਾ ਜਾ ਕੇ ਅਸੀਂ, ਹੁਣ ਗਾਹਾਂ ਗਾਹਾਂ ਯਾਰ ਹੁਣ ਸਮਾਂ ਬਦਲਦਾ ਜਾਂਦਾ, ਮਾਸੀ ਰੇ ਕੱਲ੍ਹ ਆਹੀ ਗੱਲਾਂ ਬੈਠੇ ਕਰਦੇ ਕੱਖ ਤੇ ਜਿੱਥੇ ਬੈਠੇ ਤਾਂ ਮਸ਼ੀਨ ਹੁੰਦੀ ਤੇ ਨਿੱਤਰਾਂ ਦੀ ਉੱਥੇ ਟੋਕਾ ਟੁੱਕਣਾ, ਹੁਣ ਸਭ ਕੁਛ ਹੈਗਾ, ਹੁਣ ਮਾਂ ਬਾਪ ਨੀ ਹੈ ਪਰ ਇਹ ਕਹਿ ਜਿਹੜੀ ਜ਼ਿੰਦਗੀ ਜੀ ਉਹਨਾਂ ਨੇ ਐਸ਼ ਵਾਲੀ ਜੀ ਆ, ਉਹ ਨੀ ਤਾਂ ਲੱਟੂ ਪਟੋ ਜੀ ਕਿਸੇ ਵਾਂਗੂ ਦਬ ਕੇ ਰਹੇ ਆ, ਡੇਲੀ ਤਾਜ਼ੀ ਸਬਜ਼ੀ ਖਾਣੀ, ਡੇਲੀ ਤਾਜ਼ੀ ਸਬਜ਼ੀ, ਇਹ ਨੀ ਤਾਂ ਦਬਣਾ ਨੀ ਤਾਂ ਹੈ। ਚੱਲੀਏ ਫਿਰ ਕਾਨੂੰ, ਚੱਲ ਨਿਕਲੀ ਹੌਲੀ ਹੌਲੀ ਭਾਈ, ਚੱਲੇ ਵੀ ਕਾਲੂ, ਚੱਲ ਵੀ ਕਾਲੂ, ਕਾਲੂ ਤਾਂ ਕਿੱਦਾਂ ਦੇਖ ਰਿਹਾ ਵਿਚਾਰਾ ਬੈਠਾ, ਜੀ ਕਰ ਜਾਊਂਗੇ, ਚੱਲ ਆ ਜਾ ਇਹ ਉਹਦੇ ਚ ਪਾ ਲਾ, ਮੈਂ ਬੈਗ ਚ ਪਾ ਲਾ, ਉਹਦੇ ਪਾਣੀ ਪਿਆਉਣਾ, ਪਾਣੀ ਪਿਲਾ ਥੋੜਾ ਜਿਹਾ ਵਿੱਚ ਯਾਰ, ਮੈਨੂੰ ਬੈਗ ਚ ਪਾਣੀ ਪਿਆ ਹੁਣ ਇਹਦੇ। ਹਾਂਜੀ ਸਾਹਿਬ, ਭਾਂਡੇ ਅੰਦਰ ਪਏ ਕਿੱਧਰ, ਮੈਂ ਪਾ ਲਈਆਂ ਵੀ, ਆ ਪਾ ਲਈਆਂ ਵੀ, ਉਹ ਇਹਦਾ ਰੋਟੀ ਦਾ ਡੱਬਾ ਪਾ ਲੈ, ਉਹ ਦੂਜੀ ਡਿੱਗੀ ਪਾ ਲੈ, ਆ ਜਾਣਾ ਸਾਰਾ ਕੁਝ ਆ ਜਾਣਾ, ਦੇਖ ਲਾ ਕਰਕੇ ਦੇ, ਨਹੀਂ ਆਉਂਦੀ ਫਿਰ ਭਾਈ ਪਾਣੀ ਪੀ ਲਈਏ। ਸਵੇਰ ਦਾ ਮੈਂ ਆਹ ਡੇਢ ਲੀਟਰ ਪਾਣੀ ਪੀ ਲਿਆ ਹੋਣਾ, ਚੱਲ ਵੀ ਕਾਲੂ, ਹੈਂ ਯਾਰ ਮੱਛਰ ਬਹੁਤ ਲੜਿਆ ਯਾਰ, ਮੈਂ ਤਾਂ ਕਦੇ ਇੰਨੀ ਜ਼ਿੰਦਗੀ ਨਾ ਮੇਰੇ ਕਦੇ, ਨਹੀਂ ਬਾਈ ਹੁਣ ਤਾਂ ਛੱਡੀ ਹੋਈ ਆ ਬਹੁਤ ਦਿਨ ਹੋ ਗਏ, ਨਾ ਕਰ ਬਰਬਾਦ ਕਰਦਾ,
ਬਕਵਾਸ ਕਰਦਾ, ਬਰਬਾਦ ਨੀ ਬਕਵਾਸ ਕਰਦਾ। ਲੈ ਵੀ ਬੈਠ ਬੈਠ ਕੇ ਨਿਕਲ ਲਈਏ। ਪਹਿਲਾਂ ਪਾਣੀ ਜੀਓ ਹੈ, ਤੁਝ ਬਿੰਦ ਹੋਰ ਨਾ ਕੋਏ। ਮੈਂ ਜਿਹੜੀਆਂ ਚੀਜ਼ਾਂ ਅਸੀਂ ਦੇਖ ਲਈਆਂ, ਹੁਣ ਨਿਆਣੇ ਨੇ ਕਹਾਂ ਕਿੱਥੇ ਦੇਖਣੀਆਂ। ਹੱਥਾਂ ਨਾਲ ਟੋਕਾ ਟੁੱਕੇ, ਲੜ ਭਾਜਣੀ ਬੈਠੇ ਡਿੱਗੀ ਜਾਣਾ, ਖੇਲਣ ਦਾ। ਹਾਂ ਬੜੀ ਕਟਾਈ ਹੋਣੀ ਉੱਥੇ, ਖੇਲਣ ਲੰਘ ਗਿਆ ਜੀ, ਫੜ ਕੇ ਦੋ ਵੱਜਣੇ ਕਿਸੇ ਚੀਜ਼ ਨੂੰ। ਤੁਹਾਨੂੰ ਮੱਝਾਂ ਨੀ ਦਿਖਦੀਆਂ ਹੈਗੀਆਂ, ਮੱਝਾਂ ਨੀ ਦਿਖਦੀਆਂ ਹੈਗੀਆਂ। ਨੌਕਾ ਗੇੜ ਕੇ ਪਾਣੀ ਪਲਾਉਣਾ, ਕੋਈ ਖਾਲਾ ਜਿਹਾ ਬਾੜਾ ਤਾਂ ਬੱਲਾ, ਕਈ ਤਾਂ ਹੜਦੇ ਹੀ ਨਹੀਂ ਦੇ ਹੈਗੀਆਂ, ਪਾਣੀ ਵੀ ਜ਼ਿਆਦਾ ਪੀਂਦੇ ਨਹੀਂ ਆ। ਹਾਂ ਇਹਨਾਂ ਦਿਨਾਂ 'ਚ ਤਾਂ ਲੱਗੇ ਨਾ ਠਮਕ 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 ਨਲਕੇ ਹੀ ਗਿੜੀ ਜਾਣਾ, ਧੱਕਿਆ ਮੋੜ ਲੈਣੀ ਕਈ ਵਾਰ ਤਾਂ। ਵੀ ਏਦਾਂ ਦੀ ਮੱਝਾਂ ਨੀ ਦਿੰਦੇ, ਪਰ ਤਾਂ ਜੂਠਾ ਪਾਣੀ ਤੇ ਪੀਂਦੀਆਂ ਹੈਗੀਆਂ, ਉਹਨੂੰ ਨਵੀਂ ਬਾਲਟੀ ਭਰ ਕੇ ਦੇਣੀ ਹੁੰਦੀ ਸੀ ਫਿਰ। ਹਾਂ ਮਾੜਾ ਮੂੰਹ ਚਲਾ ਜੂਠੀ ਹੁਣ ਨਾ, ਕਈ ਵਾਰ ਮੈਂ ਸੋਚਦਾ ਹੁੰਦਾ ਕਈ ਵਾਰ ਪ੍ਰਿਤਪਾਲ, ਮੈਂ ਕਿੰਨਾ ਧੱਕਾ ਕਰਦੇ ਹੁੰਦੇ ਤੇ ਉਹਨੂੰ, ਮੈਂ ਮੱਝ ਨੂੰ ਕੋਣ ਲੈ ਜਾਣਾ, ਜੂਠਾ ਪਾਣੀ ਪੀਣਾ ਨਹੀਂ ਹੈਗਾ, ਉਹਨੇ ਦੂਜੀ ਵਾਰ ਫਿਰ ਨਹੀਂ ਪੀਣਾ, ਫਿਰ ਉਹ ਤੀਜੀ ਵਾਰ ਉਹਨੂੰ ਥਿਆ ਲੱਗੀ ਹੋਣਾ, ਫਿਰ ਜੂਠਾ ਨਹੀਂ ਜੀ ਦੇਖਦੀ ਨਹੀਂ ਫਿਰ ਉਹ ਕਹਿੰਦੀ ਦੇ ਦਵਾ ਹੁਣ ਜਿਹੋ ਜਿਹਾ ਜੂਠਾ ਮਿੱਠਾ ਪਾਣੀ ਪਿਲਾ ਦਿਓ। ਮੈਂ ਦੇਖਿਆ ਕਿੰਨਾ ਧੱਕਾ ਕਰਦੇ ਹੁੰਦੇ ਅਸੀਂ ਯਾਰ, ਕਿਤੇ ਬਾਲਟੀ ਡੋਲ ਕੇ ਭਰੇ ਦਿੰਦੇ ਹੁੰਦੇ। ਫਿਰ ਹੁਣ ਤਾਂ ਉਹਦੇ ਬਾਅਦ ਕਿਆ ਕਹਿੰਦੇ, ਹੁਣ ਤਾਂ ਟੂਟੀਆਂ ਲੱਗ ਗਈਆਂ ਨੇ, ਫਿਰ ਹੌਲੀ ਹੌਲੀ ਬੋਰ ਹੋ ਗਏ ਤੇ ਸੌਖੇ ਹੋ ਗਏ। ਹੁਣ ਤਾਂ ਕਿੱਦਾਂ ਸਾਰਾ ਖੁੱਲੀਆਂ ਕੋਲ ਸਿਸਟਮ ਬਣ ਗਿਆ, ਉੱਥੇ ਪੈਪ ਚਲੇ ਜਾਂਦਾ, ਉੱਥੇ ਕਰਨ ਲਾ ਦਿੰਦੇ ਆ, ਵਿੱਚੇ ਖੁੱਲੀਆਂ ਦੇ ਪਾਣੀ ਦਾ ਵੀ ਜਗਾੜਾ ਲੱਗ ਗਿਆ। ਹੁਣ ਤਾਂ ਆਏ ਨਾ ਬਾਹਰ ਵਾਲੀਆਂ ਤਰੱਕੀਆਂ ਦੇਖ ਦੇਖ ਕੇ ਲੋਕ ਕਿਤੇ ਨਾ ਕਿਤੇ ਪਹੁੰਚ ਗਏ। ਉੱਥੇ ਹੱਥਾਂ ਨਾਲ ਚੋਂਦੇ, ਹੁਣ ਮਸ਼ੀਨਾਂ ਆ ਗਈਆਂ ਚੋਣੇ ਵਾਲੀਆਂ। ਹੁਣ ਦੇਖ ਲਾ ਪਹਿਲਾਂ ਬਾਥਰੂਮ ਸਭ ਦੇ ਬਾਹਰ ਹੋਇਆ ਕਰਦੇ ਸੀ, ਸਭ ਅੰਦਰ ਲੱਗ ਗਏ ਬਣਾਉਣ। ਹਾਂ ਠੀਕ ਹੈ, ਵੀ ਤਕਨੀਕ ਬਦਲੇ ਜਾ ਰਹੀ ਹੈ। ਕਹਿੰਦਾ ਪਹਿਲਾਂ ਘਰ ਖਾਂਦੇ ਸੀ, ਬਾਹਰ ਜਾਂਦੇ ਸੀ, ਬਾਹਰ ਜਾਂਦੇ ਸੀ ਖੇਤਾਂ 'ਚ, ਹੁਣ ਬਾਹਰ ਖਾਂਦੇ ਆ। ਮੋਟਰ ਪਰ ਜਾ ਬਿਜਲੀ ਘਰ ਨਹੀਂ ਚੱਲ ਰਹੇ, ਕਹਿੰਦਾ ਹੁਣ ਬਾਹਰ ਖਾਂਦੇ ਤੇ ਘਰ ਆ ਕੇ ਹੱਕਦੇ ਆ, ਉਲਟਾ ਹੋ ਗਿਆ। ਇੱਕ ਬੰਦਾ ਉੱਥੇ ਕਹਿੰਦਾ, ਕਹਿੰਦਾ ਜਿਹਦੇ ਕੋਲ ਤਾਂ ਪੈਸਾ ਉਹਦਾ ਕਹਿੰਦਾ ਘਾਹ ਫੂਸ ਖਾਈਏ, ਜਿਹਦੇ ਕੋਲ ਪੈਸੇ ਨਹੀਂ ਉਹ ਕਹਿੰਦਾ ਬਰਗਰ ਖਾਈਏ, ਪੀਜ਼ੇ ਖਾਈਏ। ਸਮਾਂ ਸਮਾਂ ਗੱਲਾਂ ਚੱਲੀ ਜਾਂਦੀਆਂ। ਕਦੇ ਇੱਦਾਂ ਅਸੀਂ ਬੱਸਾਂ ਉਡੀਕਦੇ ਹੁੰਦੇ ਸੀ, ਐਂ ਉਹ ਸਫ਼ਰ ਵਧੀਆ ਬੱਸਾਂ 'ਚ ਜਾਣਾ ਤੇ ਕਿਰਾਏ ਵੀ ਕੁਛ ਨਹੀਂ ਤਾਂ ਹੁੰਦੇ। ਹੁਣ ਕਿਰਾਏ ਬਹੁਤ, ਮੈਂ ਬਹੁਤ ਦਿਨਾਂ ਬਾਅਦ ਬੱਸ 'ਚ ਬੈਠਿਆ। ਨਹੀਂ ਇਹ ਤਾਂ 10 ਰੁਪਏ ਕਿਰਾਇਆ ਸਾਰਾ, ਨਹੀਂ ਵੱਧ ਹੋਣਾ ਹੁਣ ਤਾਂ ਨਹੀਂ, ਇੱਥੇ ਜਿਹੜੇ ਰੋਪੜ ਤੱਕ 10 ਰੁਪਏ ਆ 10। ਹਾਂ ਮੰਗੇ ਆ ਬਹੁਤ ਵਾਰੀ, ਕਈ ਵਾਰ ਇੱਥੇ ਰੋਪੜ ਤੋਂ ਚੰਡੀਗੜ੍ਹ ਜਾਣਾ ਹੁੰਦਾ, ਮੈਂ ਗੱਡੀ ਥਾਰ ਲੈ ਜਾਂਦਾ ਫਿਰ ਬੱਸ ਨੂੰ ਲੰਘ ਜਾਂਦਾ, ਫਿਰ ਮੈਂ ਨਾ ਵੀ ਲਾਡੀ ਭਾਜੀ ਮਿਲ ਜਾਂਦੇ ਆ। ਦੇਖ ਲਾ ਜੀ ਵੀ ਬੱਸਾਂ ਦਾ ਫੁੱਲ ਭਰ ਕੇ ਚੱਲਦੇ ਤਕਰੀਬਨ, ਤੇ ਹੁਣ ਜਿਹਨਾਂ ਕੋਲ ਸਾਧਨ ਨਹੀਂ, ਟੈਕਨੋਲੋਜੀ ਵੀ ਹੋ ਗਈ ਯਾਰ, ਹਰੇਕ ਤਰ੍ਹਾਂ ਦਾ ਬੰਦਾ ਹੈਗਾ। ਹੁਣ ਦੇਖ ਜਿਹੜੇ ਹੁਣ ਆਪਣੇ ਲੈਂਟਰ ਢੋਂਦੇ ਆ, ਤੇ ਉਹ ਵੀ ਬੰਦੇ ਹੈਗੇ ਆ, ਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੇ ਕਣ ਚਲਾਉਣਾ। ਹੁਣ ਤੁਹਾਡਾ ਰੇਤਾ ਬਜਰੀ ਦਾ ਕੰਮ ਹੈ, ਹੁਣ ਤੁਸੀਂ ਵੀ ਬੰਦੇ ਹੈਗੇ, ਤੁਸੀਂ ਆਪਣਾ ਕੰਮ ਚਲਾਉਣਾ। ਇਹ ਤਰੀਕੇ ਹਰੇਕ ਤਰ੍ਹਾਂ ਦੇ ਬੰਦੇ ਮਿਲੀ ਜਾਂਦੇ ਆ। ਕਿਉਂ ਕਰਦਾ ਵੀ ਦੇਖ ਲੈ, ਬੱਸਾਂ ਵੀ ਭਰੀਆਂ ਜਾ ਰਹੀਆਂ, ਕਾਰਾਂ ਵੀ ਭਰੀਆਂ ਜਾ ਰਹੀਆਂ, ਚੱਲੇ ਰਿਹਾ ਸਿਸਟਮ ਦਾ। ਪਾਣੀ ਲੀਕ ਕਰਦਾ ਇਹਦੇ ਵਿੱਚ, ਪਤਾ ਲੀਕ ਕਰਨ ਲੱਗ ਗਈ, ਕਨੇਡਾ ਤੋਂ ਆਈ ਘਸ ਗਈ ਹੁਣ ਤਾਂ ਇਹ ਬੋਤਲ। ਚਲੋ ਸਾਨੂੰ ਲਾਈਵ ਬੰਦ ਕਰੀਏ।